ਕਰ ਤੁਸੀਂ ਬੋਲ ਕਿੱਥੋਂ ਰਹੇ ਹੋ? ਕਾਰਜਾਂ ਦਾ ਜੀ। ਕਾਰੀ ਤੁਸੀਂ ਆ ਨਹੀਂ ਸਕਦੇ ਹੁਣ? ਨਾ ਜੀ। ਕਿਉਂ? ਮੇਰੇ 100 ਰੁਪਏ ਜੀ, ਮੇਰੇ 100 ਰੁਪਏ ਹੋ ਗਏ ਕੱਲਾ। ਸਿਰਫ 100 ਰੁਪਏ ਜੇਬ 'ਚ? ਹਾਂਜੀ। ਨਾਲ ਆਉਣ ਨੂੰ ਕੋਈ ਹੈਗਾ? ਤੁਸੀਂ ਕੋਵਿਡ ਪੋਜ਼ਿਟਿਵ ਹੋ ਗਏ ਹੋ? ਹਾਂ ਜੀ, ਮੈਂ ਰਿਪੋਰਟ ਕਰਾਈ ਸੀ, ਉਹਦੇ ਵਿੱਚ ਆ ਲਿਖਿਆ ਹੀ ਹੈ। ਅੱਛਾ, ਕਰੋਨਾ ਨਿਕਲਿਆ? ਹਾਂ, ਕਰੋਨਾ। ਆਕਸੀਜਨ ਲੈਵਲ ਪਤਾ ਕਿੰਨਾ? ਉਹ ਉਂਗਲ 'ਤੇ ਲਾ ਕੇ ਦੇਖਿਆ ਕਿੰਨਾ? ਉਹ ਵੀ ਨਹੀਂ ਹੈਗਾ। ਆਕਸੀਮੀਟਰ ਖਰੀਦਣ ਦੇ ਪੈਸੇ ਵੀ ਨਹੀਂ ਹੈ, ਔਰ 100 ਰੁਪਇਆ ਜੇਬ 'ਚ ਲੈ ਕੇ ਨਹੀਂ ਆ ਸਕਦਾ। ਅਸੀਂ ਬਹੁਤ ਸਾਰੇ ਪੇਸ਼ੈਂਟ ਨੂੰ ਲੈਣ ਜਾਂਦੇ ਹਾਂ, ਬਟ ਬਹੁਤ ਸਾਰੇ ਲੋਕਾਂ ਨੂੰ ਸਿਲੰਡਰ ਦੀ ਲੋੜ ਹੁੰਦੀ ਹੈ। ਇੱਥੇ ਬੰਨਿਆ ਹੋਇਆ ਸਿਲੰਡਰ, ਅਸੀਂ ਫਿਲਹਾਲ ਕੱਢ ਕੇ ਰੱਖਿਆ ਹੈ ਉੱਥੇ, ਅੰਕਲ ਜੀ ਨੂੰ ਲਾਇਆ ਹੋਇਆ। ਸਾਡੇ ਕੋਲ ਬਹੁਤ ਪੁਰਾਣੀ ਐਂਬੂਲੈਂਸ ਹੈ, ਠੀਕ ਹੈ? ਆਪਣਾ ਟਾਈਮ ਪੀਰੀਅਡ ਕੱਢ ਚੁੱਕੀ ਹੈ ਆਪਣਾ ਸਾਰਾ, ਹੈ ਨਾ? ਟਾਈਮ ਇਹਦਾ ਓਵਰ ਹੋ ਚੁੱਕਿਆ ਹੈ, ਬਹੁਤ ਪੁਰਾਣੀ ਹੈ, ਹਰ ਪਾਸੋਂ ਟੁੱਟੀ ਹੋਈ ਹੈ, ਠੀਕ ਹੈ? ਵਾਰਨ ਆਊਟ ਹੋ ਚੁੱਕੀ ਹੈ, ਇੱਧਰ ਆ ਜਾਓ। ਟਾਈਮ ਹੋ ਚੁੱਕਿਆ ਇਹਨੂੰ, ਬਹੁਤ ਬਹੁਤ ਪੁਰਾਣੀ ਹੈ ਇਹ, ਹਰ ਪਾਸੋਂ ਖਤਮ ਹੈ, ਹੈ ਨਾ? ਪੇਸ਼ੈਂਟਸ ਨੂੰ ਬਹੁਤ ਦੂਰੋਂ ਦੂਰੋਂ ਲੈ ਕੇ ਆਉਣਾ ਪੈਂਦਾ। ਸੋ ਬਟ ਸਾਨੂੰ ਇਸ ਸਹਾਇਤਾ ਦੇ ਵਿੱਚ ਲੋੜ ਹੈ, ਇਮੀਡੀਏਟ ਲੋੜ ਹੈ। ਲੋਕਾਂ ਕੋਲ 100-100 ਰੁਪਏ, ਲੋਕਾਂ ਕੋਲ ਪੈਸੇ ਨਹੀਂ ਹੈਗੇ ਲੈ ਕੇ ਆਉਣ ਨੂੰ, ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਪੇਸ਼ੈਂਟ ਨੂੰ। ਕਿੰਨੇ ਕਿਲੋਮੀਟਰ ਤੁਹਾਡਾ? 150 ਕਿਲੋਮੀਟਰ ਤੋਂ ਪੇਸ਼ੈਂਟ ਨੂੰ ਲੈਣ ਜਾਣਾ, ਹੈ ਨਾ? ਕਿੰਨੀ ਅਨਸੇਫ ਹੈ ਇਹ, ਤਾਂ ਸਿਰਫ ਚੰਡੀਗੜ੍ਹ ਸ਼ਹਿਰ ਦੇ ਵਿੱਚ 10 ਕਿਲੋਮੀਟਰ ਚੱਲਣ ਜੋਗੀ ਹੈ, ਹੈ ਨਾ? ਨੇੜੇ ਤੇੜੇ ਅਸੀਂ ਹੋਸਪਿਟਲਾਂ 'ਚ ਪੇਸ਼ੈਂਟ ਨੂੰ ਲੈ ਜਾਂਦੇ ਹਾਂ, ਸਾਡੇ ਕੋਲ ਐਂਬੂਲੈਂਸ ਦੀ ਬੜੀ ਘਾਟ ਹੈ, ਸਾਨੂੰ ਮਦਦ ਦੀ ਲੋੜ ਹੈ ਇਸ ਦੇ ਵਿੱਚ, ਹੈ ਨਾ? ਇੱਕ ਜੋ ਔਨ ਰੋਡ ਪੈਂਦੀ ਹੈ ਮਹਿੰਦਰਾ ਜਾਂ ਟਾਟਾ ਦੀ, ਉਹ ਕਰੀਬਨ 870,000-80,000, 9.25 ਲੱਖ ਰੁਪਏ ਪੈਂਦੀ ਹੈ। ਇਹਦੇ ਲਈ ਮਦਦ ਦੀ ਲੋੜ ਹੈ ਬਹੁਤ ਜ਼ਿਆਦਾ। ਇਹ ਬਹੁਤ ਪੁਰਾਣੀ ਹੋ ਚੁੱਕੀ ਹੈ, ਹਰ ਪਾਸੋਂ ਕਰੈਕਸ ਨੇ, ਬੰਬਰ ਟੁੱਟੇ ਹੋਏ ਨੇ, ਬਹੁਤ ਪੁਰਾਣੀ ਹੈ ਜੀ। 13 ਸਾਲ ਪੁਰਾਣੀ ਹੈ ਸ਼ਾਇਦ, 13 ਸਾਲ ਪੁਰਾਣੀ ਚਲਾ ਰਹੇ ਹਾਂ, ਬਟ ਜੋ ਬੈਸਟ ਪੋਸੀਬਿਲਿਟੀ ਅਸੀਂ ਦੇ ਸਕਦੇ ਹਾਂ ਫੈਸਿਲਿਟੀਜ਼, ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਬਟ ਸਾਡੇ ਕੋਲ ਐਂਬੂਲੈਂਸ ਦੀ ਬਹੁਤ ਜ਼ਰੂਰਤ ਹੈ, ਬਹੁਤ ਜ਼ਿਆਦਾ ਲੋੜ ਹੈ। ਜੇ ਕੋਈ ਸੱਜਣ ਪੁਰਸ਼ ਜੇ ਸਰ ਇਕੱਠੇ ਹੋ ਕੇ ਇਸ ਪਾਸੇ ਮਦਦ ਕਰ ਸਕਦੇ ਹਾਂ ਤਾਂ ਮੋਰ ਦੈਨ ਵੈਲਕਮ ਹੈ, ਮੋਰ ਦੈਨ ਵੈਲਕਮ। ਪਲੀਜ਼, ਸਾਨੂੰ ਇਹ ਚੀਜ਼ ਚਾਹੀਦੀ ਹੈ ਜੀ, ਹੈ ਨਾ? ਕੋਵਿਡ ਕੇਅਰ ਸੈਂਟਰ ਸੈਕਟਰ 69 ਦੇ ਵਿੱਚ ਇਹ ਮਦਦ ਦੀ ਅਪੀਲ ਹੈ। ਜੇ ਕੋਈ ਪਲੀਜ਼ ਕੋਈ ਇਹ ਸਪੋਂਸਰ ਕਰ ਸਕਦਾ ਆਪਣੇ ਦੋਸਤਾਂ ਨਾਲ ਮਿਲ ਕੇ, ਸਾਨੂੰ ਜ਼ਰੂਰ ਸਪੋਂਸਰ ਕਰਨ। ਇਹ ਦੂਰੋਂ ਦੂਰੋਂ ਪੇਸ਼ੈਂਟਸ ਕਾਲ ਕਰ ਰਹੇ ਆ, ਇਹਨਾਂ ਨੂੰ ਲੈਣ ਜਾਣਾ ਪੈਂਦਾ, ਘਰ ਹੈ ਨਹੀਂ। ਕੱਲ੍ਹ ਇੰਨੀ ਬਜ਼ੁਰਗ ਮਾਤਾ ਸੀ ਲਖਨੌਰ ਦੇ ਵਿੱਚ, 2 ਵਾਰੀ ਇੱਥੋਂ ਲਾਗੇ ਸੀਗਾ ਪਿੰਡ, ਫਿਰ ਵੀ 5-7 ਕਿਲੋਮੀਟਰ ਸੀਗਾ, ਚਲੇ ਗਏ। ਲੇਕਿਨ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਸਟ੍ਰੈਚਰ ਵੀ ਇਸ ਤਰ੍ਹਾਂ ਦੇ ਨੇ, ਖਤਮ ਹੋ ਚੁੱਕੇ ਨੇ, ਕਈ ਵਾਰ ਰਿਪੇਅਰ ਹੋ ਗਿਆ, ਤੁਸੀਂ ਹਰ ਚੀਜ਼ ਦੀ ਲਾਈਫ ਹੁੰਦੀ ਹੈ ਨਾ, ਇਸ ਐਂਬੂਲੈਂਸ ਦੀ ਲਾਈਫ ਖਤਮ ਹੋ ਚੁੱਕੀ ਹੈ ਬਹੁਤ ਪਹਿਲਾਂ। ਸਾਨੂੰ ਮਦਦ ਦੀ ਲੋੜ ਹੈ, ਪਲੀਜ਼। 69 ਸੈਕਟਰ ਕੋਵਿਡ ਕੇਅਰ ਸੈਂਟਰ, ਇਸਦੇ ਲਈ ਸਾਨੂੰ ਮਦਦ ਦੀ ਲੋੜ ਹੈ, ਪਲੀਜ਼।